ਸਾਜਾਂ ਤੋਂ ਬਿਨਾਂ ਬੋਲਿਓ ਜੀ ਐਸਾ ਗੁਰ ਗੁਰ ਬਲਿਹਾਰੀ ਕਉ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਦਾਰੀ ਜਿਨ ਸਭ ਕਾ ਕੀਆ ਸਾਰ ਬੋਲੋ ਐਸਾ ਗੁਰ ਵਡ ਦੇਉ ਦਾ
कारण सतगुर मेरा मोए तिसका परवासा। गुरु नानक कौन है जी? बख्श लए सब सच्चे सैब, सुन नानक की अरदास ऐसा गुर वड भागी पाया। सौ पंजाह साल गुरु नानक साहब जी का थोड़े दिन होए लंघ के गया। गुरु नानक साहब ने जोड़िया कितने? उपदेश की दिता जोड़िया कितने? बड़े प्यार ने सतनाम दा चक्कर फेराया। Check it.
नानक ने जोड़या किथे अब कल्लू आयो रे एक नाम बो 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 कल्लू आयो रे एक नाम बो 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 अब कल्लू आयो रे एक नाम बो 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 नाम बो 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 अनरत नाही नाही मत परम भूलो भूलो अब कल्लू आयो रे एक नाम बो 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 सपना नानक साहब दे प्यार विच भज के आखो सतनाम श्री वाहिगुरु गुरु नानक साहब जी ने जोड़या किथे दास ते इंज कहेगा अपना एड्रेस देता
ਮੈਨੂੰ ਮਿਲਣਾ ਹੀ ਤੇ ਆ ਆ ਮੇਰਾ ਐਡਰੈਸ ਉਹ ਐਡਰੈਸ ਕਿਹੜਾ ਸੁਣਿਓ ਪਿਆ ਇੱਕ ਵਾਰੀ ਭਾਈ ਮਰਦਾਨਾ ਜੀ ਨੇ ਚਾਰ ਗੱਲਾਂ ਕਹੀ ਔਰ ਜੇ ਧਿਆਨ ਨਾਲ ਸੁਣੋ ਤੇ ਬੜੀ ਜ਼ਰੂਰੀ ਸੜਕ ਹੈ ਬਾਬਾ ਨਾਨਕ ਜੀ ਨੂੰ ਪਹਿਲੀ ਗੱਲ ਕੀ ਕਹੀ ਸੁਣਿਓ ਬਾਬਾ ਤੈਂ ਖੁਦਾ ਕਾ ਡੂਮ ਹੋ ਤੇਰਾ ਡੂਮ ਆਖੋ ਸਤਨਾਮ ਜਰਾ ਬਰੀਕੀ ਨਾ ਲੈਣਾ ਦੂਜੀ ਗੱਲ ਕਹੀ ਬਾਬਾ ਤੈਂ ਖੁਦਾ ਨੂੰ ਪਾਇਆ ਹੋ ਤੁਦ ਨੂੰ ਪਾਇਆ ਤੀਜੀ ਗੱਲ ਕਹੀ ਭਾਈ ਮਰਦਾਨਾ ਜੀ ਨੇ ਬਾਬਾ ਤੈਂ ਖੁਦਾ ਨੂੰ ਦੇਖਿਆ ਹੋ ਤੁਦ ਨੂੰ ਦੇਖਿਆ ਚੌਥੀ ਗੱਲ ਕਹੀ ਬਾਬਾ ਤੇਰਾ ਕਹਾ ਖੁਦਾ ਕਰਤਾ ਹੈ ਮੇਰਾ ਕਹਾ ਤੂੰ ਕਰਤਾ ਹੈ ਗੱਜ ਕੇ ਆਖੋ ਸਤਨਾਮ ਇਹਨੂੰ ਹੁਣ ਕਿਹੜੇ ਸੋਚ ਤੋਂ ਲਓਗੇ ਦਾਸ ਤੇ ਇਹ ਕਹੇਗਾ ਬਈ ਇਹ ਭਾਈ ਮਰਦਾਨਾ ਜੀ ਦੇ ਚਾਰ ਬਚਨ ਸਾਡੇ ਨਿਤਨੇਮ ਦਾ ਹਿੱਸਾ ਨੇ ਕਦੀ ਅਮਰੀਕਾ ਬੈਠੇ ਹਾਂ ਤੁਹਾਡਾ ਦਿਲ ਕਰੇ ਹਜ਼ੂਰ ਸਾਹਿਬ ਯਾਤਰਾ ਜਾਣਾ ਪਟਨਾ ਸਾਹਿਬ ਯਾਤਰਾ ਜਾਣਾ ਅੰਮ੍ਰਿਤਸਰ ਗੁਰੂ ਰਾਮਦਾਸ ਦੇ ਦਰ 'ਤੇ ਯਾਤਰਾ ਜਾਣਾ ਇਹ ਤੀਰਥ ਯਾਤਰਾ ਦਾ ਹਿੱਸਾ ਹੈ ਉਹ ਕਿਵੇਂ ਜੀ ਭਾਈ ਮਰਦਾਨਾ ਜੀ ਨੇ ਆਪਣੀ ਭਾਵਨਾ ਪ੍ਰਗਟ ਕੀਤੀ ਹੈ ਮੇਰਾ ਖੁਦਾ ਤੂੰ ਹੀ ਹੈ ਆਖੋ ਸਤਨਾਮ ਤੈਂ ਖੁਦਾ ਕਾ ਡੂਮ ਹੋ ਤੇਰਾ ਡੂਮ ਤੈਂ ਖੁਦਾ ਨੂੰ ਪਾਇਆ ਹੋ ਤੁਦ ਨੂੰ ਪਾਇਆ ਤੈਂ ਖੁਦਾ ਨੂੰ ਦੇਖਿਆ ਹੋ ਤੁਦ ਨੂੰ ਦੇਖਿਆ ਤੇਰਾ ਕਹਾ ਖੁਦਾ ਕਰਤਾ ਮੇਰਾ ਕਹਾ ਤੂੰ ਕਰਤਾ ਇਹ ਸਾਡੇ ਨਿਤਨੇਮ ਦਾ ਹਿੱਸਾ ਹੈ ਸਾਡੀ ਤੀਰਥ ਯਾਤਰਾ ਦਾ ਹਿੱਸਾ ਹੈ ਸਿਰਫ ਗੱਲ ਧਿਆਨ ਨਾਲ ਸੁਣਿਓ ਤੁਸੀਂ ਅਮਰੀਕਾ ਤੋਂ ਚੱਲੇ ਹਜ਼ੂਰ ਸਾਹਿਬ ਯਾਤਰਾ ਕਰਨ ਜਾਂ ਅਮਰੀਕਾ ਤੋਂ ਚੱਲੇ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦਰ ਦੇ ਦਰਸ਼ਨ ਦਿਦਾਰੇ ਕਰਨ ਰਾਜ ਤੁਹਾਡਾ ਫੁਰਨਾ ਹੋਵੇ ਵੀ ਗੁਰੂ ਰਾਮਦਾਸ ਦੇ ਦਰ ਜਾ ਰਿਹਾ ਰੱਬ ਵੱਖਰਾ ਗੱਜ ਕੇ ਆਖੋ ਸਤਨਾਮ ਬੜੇ ਧਿਆਨ ਨਾਲ ਸੁਣਿਓ ਮਨ ਚਾਹ ਖਾਨਾ ਹੋਵੇ ਵੀ ਗੁਰੂ ਰਾਮਦਾਸ ਦੇ ਦਰ ਦੇ ਦਰਸ਼ਨ ਕਰਨ ਜਾ ਰਿਹਾ ਰੱਬ ਵੱਖਰਾ ਲੱਭਣਾ ਮੈਂ ਕਹਿੰਦਾ ਸਾਡੀ ਯਾਤਰਾ ਵੀ ਨਹੀਂ ਸਫਲੀ ਹੋਏਗੀ ਆਖੋ ਸਤਨਾਮ ਤੇ ਭਾਈ ਮਰਦਾਨਾ ਜੀ ਦੇ ਬਚਨਾਂ ਵਿੱਚ ਹੈ ਕਿ ਆਪਣੇ ਗੁਰੂ ਚੋਂ ਹੀ ਪਰਮੇਸ਼ਰ ਵੇਖ ਵੱਖਰਾ ਨਹੀਂ ਲੱਭਣ ਦੀ ਲੋੜ ਭਾਈ ਚੰਦ ਹਜ਼ੂਰ ਸਾਹਿਬ ਜਾ ਰਿਹਾ ਕਲਗੀਧਰ ਦੇ ਅਸਥਾਨ ਤੇ ਅੰਦਰ ਖਾਨਾ ਹੋਵੇ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਦਰਸ਼ਨ ਕਰਨ ਜਾ ਰਿਹਾ ਰੱਬ ਵੱਖਰਾ ਲੱਭਣਾ ਤੇਰੀ ਯਾਤਰਾ ਟਿਕਾਣੇ ਨਹੀਂ ਲੱਗੇਗੀ ਜੇ ਭਾਵਨਾ ਬਣੇਗੀ ਮੇਰਾ ਪਰਮੇਸ਼ਰ ਮੇਰਾ ਰੱਬ ਤੇ ਤੂੰ ਆਈ ਇਹਨੇ ਮਹਾਰਾਜ ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ ਤੁਸੀਂ ਅਮਰੀਕਾ ਤੋਂ ਚੱਲੋਗੇ ਉੱਧਰ ਉਡੀਕਣਾ ਸ਼ੁਰੂ ਕਰ ਦੇਣਗੇ ਗੱਜ ਕੇ ਆਖੋ ਸਤਨਾਮ ਇਹ ਭਾਈ ਮਰਦਾਨਾ ਜੀ ਦੇ ਚਾਰ ਬਚਨ ਸਾਡੀ ਤੀਰਥ ਯਾਤਰਾ ਦਾ ਹਿੱਸਾ ਹੈ ਸਾਡੇ ਨਿਤਨੇਮ ਦਾ ਹਿੱਸਾ ਹੈ ਜਿਹੜੀਆਂ ਪੰਜ ਬਾਣੀਆਂ ਪੜ੍ਹਦੇ ਹੋ ਨਾ ਉਹਦਾ ਹਿੱਸਾ ਹੈ ਆਪਾਂ ਜਪਜੀ ਸਾਹਿਬ ਪੜ੍ਹ ਰਹੇ ਹਾਂ ਕਹਿ ਰਹੇ ਹਾਂ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਕਿਹਨੂੰ ਕਹਿ ਰਹੇ ਹਾਂ ਨਿਸ਼ਾਨਾ ਕੀ ਹੈ ਭਾਈ ਮਰਦਾਨਾ ਜੀ ਵਾਲਾ ਨਿਸ਼ਾਨਾ ਚਾਹੀਦਾ ਹੈ ਆਪਣੇ ਗੁਰੂ ਨਾਨਕ ਨੂੰ ਜਾਂ ਦਸਾਂ ਪਾਤਸ਼ਾਹੀਆਂ 'ਚੋਂ ਜਿੱਥੇ ਧਿਆਨ ਧਰਦੇ ਹੋ ਉਹਨਾਂ ਨੂੰ ਕਹਿ ਰਹੇ ਹਾਂ ਕਹਿ ਦਿਓ ਗੱਜ ਕੇ ਸਤਨਾਮ ਆਨੰਦ ਸਾਹਿਬ ਪੜ੍ਹ ਰਹੇ ਹੋ ਆਪਾਂ ਕਹਿੰਦੇ ਆਗਮ ਗੋਚਰਾ ਤੇਰਾ ਅੰਤ ਨਾ ਪਾਇਆ ਪੌੜੀ ਆ ਗਈ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸ਼ਬਦ ਖੇਲ ਤੇਰਾ ਕਿਆ ਕੋ ਆਗ ਵਖਾਣੇ ਤੁਹਾਨੂੰ ਕੋਈ ਪੁੱਛੇ ਕਿਹਨੂੰ ਕਹਿ ਰਹੇ ਹਾਂ ਇਹ ਸਾਡੇ ਨਿਤਨੇਮ ਦਾ ਹਿੱਸਾ ਹੈ ਭਾਈ ਮਰਦਾਨਾ ਜੀ ਦੇ ਚਾਰੇ ਬਚਨ
ਆਪਣੇ ਗੁਰੂ ਚੋਂ ਪਰਮੇਸ਼ਰ ਵੇਖਣਾ, ਦਸਾਂ ਪਾਤਸ਼ਾਹੀਆਂ ਚੋਂ ਜਿੱਥੇ ਧਿਆਨ ਧਰਦੇ ਹਾਂ ਜੋ ਤੇ ਕੋਈ ਹੈ, ਗੱਜ ਕੇ ਆਖੋ ਸਤਨਾਮ। ਔਰ ਅੰਦਰ ਤਰੇੜ ਨਾ ਲਿਆਇਓ, ਸਾਡੇ ਲਈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਆਪ ਉਪਦੇਸ਼ ਦਿੰਦੇ ਹੈ ਇਸ ਚੀਜ਼ ਦਾ। ਆਪਣੇ ਗੁਰੂ ਚੋਂ ਪਰਮੇਸ਼ਰ ਵੇਖ, ਆਪਾਂ ਪੰਕਤੀ ਪੜਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਗੁਰ ਕਰਤਾ ਗੁਰ ਕਰਨੇ ਜੋਗ, 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 ਗੁਰ ਪਰਮੇਸ਼ਰ ਹੈ ਪੀ ਹੋਗ, 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 ਗੁਰ ਪਰਮੇਸ਼ਰ ਏਕੋ ਜਾਣ, ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਗੁਰ ਪਰਮੇਸ਼ਰ ਏਕੋ ਜਾਣ, ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੇ ਸੋ ਪਰਵਾਣ, ਭਾਵੇ ਸੋ ਪਰਵਾਣ, ਨਾਨਕ ਸੋ ਤੇ ਸਿਮਰਤ ਵੇਦ, ਨਾਨਕ ਸੋ ਤੇ ਸਿਮਰਤ ਵੇਦ, ਪਾਰ ਪਰਮ ਗੁਰ ਨਾਹੀ ਭੇਦ, ਪਾਰ ਪਰਮ ਗੁਰ ਨਾਹੀ ਭੇਦ। ਇਹ ਗੁਰੂ ਗ੍ਰੰਥ ਸਾਹਿਬ ਕਹਿ ਰਹੇ। ਹੁਣ ਤੁਸੀਂ ਕਿਸੇ ਸਟੋਰ ਤੇ ਦੋ ਭਰਾ ਹੋਵੋ ਜਾਂ ਤੁਹਾਡਾ ਪਿਤਾ ਨਾਲ ਹੋਵੇ, ਤਿੰਨ ਹੋਵੋ, ਤੇ ਕਈ ਵਾਰੀ ਇੱਕ ਭਰਾ ਬਿੱਲ ਬਣਾਵੇ ਤੇ ਦੂਜੇ ਨੂੰ ਕਹਿੰਦਾ ਮੈਂ ਸੋਧ ਲਿਆ, ਟਾਈਮ ਨਾ ਖਰਾਬ ਕਰੀ, ਸੋਧ ਲਿਆ ਦੇ ਦੇ ਗਾਹਕ ਨੂੰ। ਸਾਡੇ ਪਿਤਾ ਜੀ ਵੀ ਕਹਿੰਦੇ ਆ ਵੀ ਤੇਰੀ ਜ਼ਿੰਦਗੀ ਦਾ ਟਾਈਮ 10 ਸਾਲ 20 ਸਾਲ ਇੰਜ ਹੀ ਨਾ ਖਰਾਬ ਹੋ ਜਾਣ, ਕਿ ਰੱਬ ਵੱਖਰਾ ਗੁਰੂ ਵੱਖਰਾ ਰੱਬ ਵੱਖਰਾ। ਗੁਰੂ ਸਾਹਿਬ ਕਹਿੰਦੇ ਮੈਂ ਸੋਧ ਕੇ ਕਹਿ ਰਿਹਾ, ਕਹਿ ਦਿਓ ਗੱਜ ਕੇ ਸਤਨਾਮ। ਮਹਾਰਾਜ ਕਹਿੰਦੇ ਮੈਂ ਸੋਧਣ ਵਾਲਾ ਕੰਮ ਕਰ ਲਿਆ, ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ। ਔਰ ਮੈਂ ਦਿਲ ਦੀ ਗੱਲ ਕਰਾਂ ਆਪ ਜੀ ਦੇ ਨਾਲ, 17 ਸਾਲ ਮੇਰੇ ਵੀ ਇਹਦੇ 'ਚ ਬੀਤੇ ਆ, ਇਹਦੇ 'ਚ ਹਰਪ੍ਰੀਤ ਸਿੰਘ ਬੈਠੇ ਆ ਅੰਮ੍ਰਿਤਸਰ ਦੇ ਆ। ਸਾਡੀ ਰੂਟੀਨ ਹੁੰਦੀ ਸੀ ਜੀ, ਦੂਜਾ ਹੁਕਮਨਾਮਾ ਐਨ ਦਰਬਾਰ ਦਾ ਹੁੰਦਾ ਨਾ, ਉਹ ਸਰਵਨ ਕਰੀਦਾ। ਉਹਦੇ ਬਾਅਦੋਂ ਅਕਾਲ ਤਖ਼ਤ ਸਾਹਿਬ 'ਤੇ ਪੂਰਾ ਟਾਈਮ ਹੈ, ਕਦੀ ਜਾਓਗੇ ਤਾਂ ਉਹ ਸਰਵਨ ਕਰਨਾ। ਫਿਰ ਬਾਬੇ ਟਲ ਰਾਏ ਸਾਹਿਬ, ਫਿਰ ਕੌਲਸਰ ਸਾਹਿਬ, ਫਿਰ ਰਾਮਸਰ ਸਾਹਿਬ, ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਦਾ ਸਥਾਨ, ਫਿਰ ਬਾਬਾ ਦੀਪ ਸਿੰਘ ਦਾ। ਇਹ ਪੂਰਾ 10-15 ਮਿੰਟ ਦਾ ਫਰਕ ਹੈ ਜਿਹੜਾ ਦੂਜਾ ਹੁਕਮਨਾਮਾ। ਅਤੇ 17 ਸਾਲ ਮੇਰੇ ਇਹਦੇ 'ਚ ਬੀਤੇ ਆ। ਮੈਂ ਖੁਦ ਦਰਬਾਰ ਸਾਹਿਬ ਜਾਣਾ ਦੂਜਾ ਹੁਕਮਨਾਮਾ, ਉਹਦੇ ਬਾਅਦ ਬੋਲਦੇ ਹੁੰਦੇ ਸੀ ਸੱਬੇ ਬੋਲੋ ਵਾਹਿਗੁਰੂ ਜੀ ਆਖੋ ਸਤਨਾਮ, ਹੁਣ ਨਹੀਂ ਬੋਲਦੇ ਅੱਜ ਕੱਲ੍ਹ। ਅੰਗ ਸੰਗ ਵਾਹਿਗੁਰੂ ਵਾਹਿਗੁਰੂ ਇਹ ਬੋਲਿਆ ਜਾਂਦਾ ਹੁੰਦਾ ਜੀ, ਖਲੋ ਕੇ ਅਸੀਂ ਬੋਲਦਾ ਸੀ ਜ਼ਿਆਦਾ ਸਾਡਾ। ਉਹ ਟਾਈਮ ਵਿੱਚ ਮੈਂ ਦਿਲ ਦੀ ਗੱਲ ਕਰਦਾ, ਕਿਉਂਕਿ ਦਾਸ ਕੋ ਰਾਗੀ ਬਣ ਕੇ ਨਹੀਂ ਬਹਿੰਦਾ, ਸਿਰਫ ਇਸੇ ਵਾਸਤੇ ਆਏ ਹਾਂ ਬਈ ਕੋਈ ਉਹਦੇ ਖਜ਼ਾਨੇ 'ਚੋਂ ਕਿਨਕਾ ਸਾਂਝਾ ਹੋ ਜਾਵੇ। ਅਤੇ ਦਾਸ ਨੇ ਉਹ ਜਦੋਂ ਉਹ ਟਾਈਮ ਬੀਤਿਆ ਨਾ, ਉਦੋਂ ਮੇਰੀ ਉਮਰ 18-20 ਸਾਲ ਹੋਏਗੀ। ਉਹ 17 ਸਾਲ ਇੰਝ ਹੀ ਲੰਘੇ ਆ ਵੀ ਦਰਬਾਰ ਸਾਹਿਬ ਮੈਂ ਜਾਣਾ ਸਾ, ਅਤੇ ਦਰਬਾਰ ਸਾਹਿਬ ਜਾ ਕੇ ਨਾ ਇੰਝ ਹੱਥ ਜੋੜਨੇ ਅਤੇ ਕਹਿਣਾ ਕਿ ਗੁਰੂ ਰਾਮਦਾਸ ਤੁਹਾਡੇ ਕੋਲ ਆਏ ਹਾਂ, ਪਰ ਬਾਹਰ ਜਾ ਕੇ ਰੱਬ ਵੱਖਰਾ ਲੱਭਣਾ। ਆਖੋ ਸਤਨਾਮ, ਵੀ ਤੁਸੀਂ ਰੱਬ ਨਹੀਂ ਰੱਬ ਵੱਖਰਾ ਲੱਭਣਾ। ਇਹ ਜਿਉਂ ਜਿਉਂ ਸਹਿਜ ਪਾਠ ਗੁਰੂ ਨੇ ਕਰਾਏ, ਜਿਉਂ ਜਿਉਂ ਭਾਈ ਨੰਦ ਲਾਲ ਜੀ ਦੀ ਬਾਣੀ ਪੜ੍ਹੀ, ਜਿਉਂ ਜਿਉਂ ਭੱਟਾਂ ਦੇ ਸਵਈਏ ਪੜ੍ਹੇ, ਹਰ ਗੁਰੂ ਨਾਨਕ ਜਿਨ ਪਰਸਿਓ ਤੇ ਇਤੁੱਤ ਸਦਾ ਮੁਕਤੇ, ਜਿਉਂ ਜਿਉਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਹਿਜ ਪਾਠ ਕੀਤੇ, ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰੀ ਨੂੰ ਗੁਰੂ ਨੂੰ ਵੱਖਰਾ ਸਮਝਦੇ, ਹਰ ਜੀਉ ਨਾਮ ਪਰਿਓ ਰਾਮ ਦਾ, ਉਹ ਹਰੀ ਨੇ ਨਾਮ ਹਟਾ ਕੇ ਰਾਮਦਾਸ ਰੱਖ ਲਿਆ, ਹੈ ਹਰੀ ਹੈ, ਕਹਿ ਦਿਓ ਗੱਜ ਕੇ ਸਤਨਾਮ। ਜਿਉਂ ਜਿਉਂ ਸਹਿਜ ਪਾਠ ਕਰਾਇਆ ਗੁਰੂ ਨੇ, ਜਿਉਂ ਜਿਉਂ ਭੱਟਾਂ ਦੇ ਸਵਈਏ ਪੜ੍ਹੇ,
ਕਿਉਂ ਜੋ ਭਾਈ ਨੰਦ ਲਾਲ ਜੀ ਦੀ ਬਾਣੀ ਪੜ੍ਹੀ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਹਮਾਨਾ ਨਿਰੰਜਨ ਨਿਰੰਕਾਰ ਰੂਪ ਇਹ ਹੁਣ ਕਿੱਡੀ ਵੱਡੀ ਗੱਲ ਕਹੀ ਹੈ ਕਿ ਭਾਈ ਨੰਦ ਲਾਲ ਜੀ ਦੀਆਂ ਦੋ ਪੰਕਤੀਆਂ ਗੁਰੂ ਨਾਨਕ ਆਮਦੋ ਨਾਰਾਇਣ ਸਰੂਪ ਹਮਾਨਾ ਨਿਰੰਜਨ ਨਿਰੰਕਾਰ ਰੂਪ ਇਹਦੇ 'ਚ ਮੈਂ ਇਹਦੇ ਅਰਥ ਇੱਕ ਪੜ੍ਹੇ ਬੜੇ ਭਿੱਜੀ ਹੋਈ ਆਤਮਾ ਤੋਂ ਇਹਦੇ ਅਰਥ ਇਹ ਨੇ ਵੀ ਜਿਵੇਂ ਤੁਸੀਂ ਤਿਆਰ ਹੋਵੋ ਨਾ ਬੀਬੀਓ ਵੀਰੋ ਅਤੇ ਕਈ ਵਾਰ ਦਿਲ ਕਰਦਾ ਨਾ ਮੈਂ ਸ਼ੀਸ਼ਾ ਵੇਖਾਂ ਆਖੋ ਸਤਨਾਮ ਸ਼ੀਸ਼ਾ ਵੇਖਾਂ ਪੱਗ ਕਿਹੋ ਜਿਹੀ ਬੱਜੀ ਸ਼ੀਸ਼ਾ ਵੇਖਾਂ ਸੂਟ ਕਿਹੋ ਜਿਹਾ ਸ਼ੀਸ਼ਾ ਵੇਖਾਂ ਵੀ ਮੈਂ ਤਿਆਰ ਠੀਕ ਹੋ ਗਿਆ ਅਤੇ ਭਾਈ ਨੰਦ ਲਾਲ ਨੇ ਆਹ ਲਿਖੀ ਭਾਵਨਾ ਕਹਿੰਦੇ ਇੱਕ ਵਾਰੀ ਰੱਬ ਨੇ ਵੀ ਦਿਲ ਕੀਤਾ ਮੈਂ ਸ਼ੀਸ਼ਾ ਦੇ ਵੇਖਾਂ ਕਿਹੋ ਜਿਹਾ ਲੱਗਦਾ ਕਹਿ ਦਿਓ ਗਾ ਕੇ ਸਤਨਾਮ ਰੱਬ ਦਾ ਦਿਲ ਕੀਤਾ ਮੈਂ ਸ਼ੀਸ਼ਾ ਵੇਖਾਂ ਕਿਹੋ ਜਿਹਾ ਲੱਭਦਾ ਕਹਿੰਦੇ ਉਹ ਰੱਬ ਨੇ ਸ਼ੀਸ਼ਾ ਵੇਖਣ ਲਈ ਗੁਰੂ ਨਾਨਕ ਦਾ ਰੂਪ ਉਟਾਇਆ ਹੈ ਰੱਬ ਹੀ ਹੈ ਕਹਿ ਦਿਓ ਗੱਜ ਕੇ ਸਤਨਾਮ ਰੱਬ ਦਾ ਸ਼ੀਸ਼ਾ ਗੁਰੂ ਨਾਨਕ ਸਾਹਿਬ ਇਹ ਜਿੰਨੇ ਮਾਈ ਭਾਈ ਬੈਠੇ ਹੋ ਕੁਦਰਤੀ ਗੱਲ ਛਿੜ ਪਈ ਹੈ ਨਿਸ਼ਾਨਾ ਰੱਖ ਕੇ ਨਿਤਨੇਮ ਕਰਿਆ ਕਰੋ ਨਿਸ਼ਾਨਾ ਰੱਖ ਕੇ ਬਾਣੀ ਪੜ੍ਹੋ ਨਿਸ਼ਾਨਾ ਰੱਖ ਕੇ ਕਿਹਨੂੰ ਕਹਿ ਰਹੇ ਅਜੈ ਅਲੈ ਅਬੈ ਅਬੈ ਅਬੂ ਅਜੂ ਨਾਸ਼ ਕਾਸ਼ ਗੰਜ ਭੰਜ ਲੱਖ ਵੱਖ ਕਾਲ ਦਿਆ ਅਸੀਂ ਆਪਣੇ ਗੁਰੂ ਚੋਂ ਪਰਮੇਸ਼ਰ ਵੇਖਣਾ ਆਖੋ ਸਤਨਾਮ ਅਸੀਂ ਭਾਈ ਮਰਦਾਨਾ ਜੀ ਵਾਲੀ ਪੜ੍ਹਾਈ ਕਰਨੀ ਭਾਈ ਨੰਦ ਲਾਲ ਜੀ ਵਾਲੀ ਪੜ੍ਹਾਈ ਕਰਨੀ ਭੱਟਾਂ ਵਾਲੀ ਪੜ੍ਹਾਈ ਕਰਨੀ ਹੈ ਮੈਂ ਤੇ ਕਹਾਂਗਾ ਗੁਰੂ ਅੰਗਦ ਸਾਹਿਬ ਵਾਲੀ ਪੜ੍ਹਾਈ ਕਰਨੀ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਹਿ ਦਿਓ ਗੱਜ ਕੇ ਸਤਨਾਮ ਇਹ ਹਿੱਸਾ ਤੁਹਾਡੇ ਨਿਤਨੇਮ ਦਾ ਇੱਕ ਬੱਚੀ ਨੂੰ ਮੈਂ ਪੁੱਛਿਆ ਸੀ ਕਿੰਨੀ ਉਮਰ ਤੇਰੀ ਉਹਨੇ ਕਿਹਾ ਸੀ 18 ਸਾਲ ਮੈਂ ਕਿਹਾ ਜਪਜੀ ਸਾਹਿਬ ਪੜ੍ਹਨੀ ਕਹਿੰਦੀ 6 ਸਾਲ ਦੀ ਮੈਂ ਉਦੋਂ ਸ਼ੁਰੂ ਕਰਤੀ 12 ਸਾਲ ਹੋ ਗਏ ਮੈਨੂੰ ਪੜ੍ਹਦਿਆਂ ਮੈਂ ਕਿਹਾ ਬੇਟਾ ਕਿਹਨੂੰ ਕਹਿ ਰਹੀ ਹਾਂ ਅੰਤ ਨਾ ਸਿਵਤੀ ਕਹਿੰਦੀ ਇਹ ਨਹੀਂ ਪਤਾ ਬਾ ਪੜ੍ਹਦੀ ਹਾਂ ਆਖੋ ਸਤਨਾਮ ਇਹ ਸਾਡਾ ਹਿੱਸਾ ਜਿੰਨੇ ਸਵੇਰੇ ਨਿਤਨੇਮ ਕਰਦੇ ਹੋ ਪੰਜ ਬਾਣੀਆਂ ਦਾ ਰਾਜ ਸਾਹਿਬ ਦਾ ਸੰਧਿਆ ਸੋਹਿਲਾ ਸਾਹਿਬ ਜਾਂ ਸੁਮਨੀ ਸਾਹਿਬ ਧਿਆਨ ਕਿੱਥੇ ਧਰਦੇ ਹੋ ਨਿਸ਼ਾਨਾ ਕੀ ਹੈ ਕਿਹਨੂੰ ਕਿਹਦੀ ਸਿਫਤ ਕਰ ਰਹੇ ਹਾਂ ਅਸੀਂ ਆਪਣੇ ਗੁਰੂ ਚੋਂ ਪਰਮੇਸ਼ਰ ਕਹਿ ਦਿਓ ਗੱਜ ਕੇ ਸਤਨਾਮ ਗੁਰੂ ਚੋਂ ਪਰਮੇਸ਼ਰ ਆ ਪਰਸੋਂ ਦਿਹਾੜਾ ਆ ਰਿਹਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਵੀ ਤੇ ਫਿਰ ਜਦੋਂ ਆਹ ਵਿਚਾਰਿਆ ਬਲ ਛੁੱਟ ਕੇ ਹੋ ਬੰਧਨ ਪਰੇ ਕਛੂ ਨਾ ਹੋ ਤੋ ਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਉਂ ਹੋ ਸਹਾਏ ਹੁਣ ਅਗਲਾ ਸਲੋਕ ਕੀ ਹੈ ਬਲ ਹੋਆ ਬੰਧਨ ਛੁੱਟੇ ਪਹਿਲੇ ਜਗ੍ਹਾ ਬਲ ਛੁੱਟ ਕੇ ਉਹ ਬੰਧਨ ਭਰੇ ਤੇ ਦੂਜੇ ਚ ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋ ਤੋ ਪਾਏ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋ ਸਹਾਇ ਕਹਿ ਦਿਓ ਗੱਜ ਕੇ ਸਤਨਾਮ ਇਹਦਾ ਕੀ ਭਾਵ ਹੈ ਬਲ ਵੀ ਆ ਜਾਂਦਾ ਬੰਧਨ ਵੀ ਸਭ ਕੁਛ ਤੇਰੇ ਹੱਥ ਹੀ ਹੈ ਕਹਿ ਦਿਓ ਗੱਜ ਕੇ ਸਤਨਾਮ ਤੂੰ ਆਪ ਹੀ ਪਰਮੇਸ਼ਰ ਰੂਪ ਹੈ ਤੇਰੇ ਹੱਥ ਡੋਰੀ ਤੇ ਚਲੋ ਅੱਗੇ ਚੱਲੀਏ ਆਸ ਹੈ ਕਿ ਜਿੰਨੀ ਕੁ ਵਿਚਾਰ ਹੋਈ ਹੈ ਗੱਲ ਪਕੜ ਚ ਆ ਜੇ ਨਿਸ਼ਾਨਾ ਰੱਖ ਕੇ ਨਿਤਨੇਮ ਆਪਣੇ ਗੁਰੂ ਚੋਂ ਪਰਮੇਸ਼ਰ ਵਿੱਚ ਭਾਈ ਮਰਦਾਨਾ ਜੀ ਦੇ ਚਾਰ ਲਫ਼ਜ਼ਾਂ 'ਚ ਬੜਾ ਦੂਜਾ ਪਿਆਰ ਸੀ ਆਪਣੇ ਗੁਰੂ ਚੋਂ ਖੁਦਾ ਵੇਖਣ ਵਾਲਾ ਬਾਬਾ ਤੈਂ ਖੁਦਾ ਕਾ ਡੂਮ ਹੋ ਤੇਰਾ ਡੂਮ ਤੈਂ ਖੁਦਾ ਨੂੰ ਪਾਇਆ ਹੋ ਤੁਧ ਨੂੰ ਪਾਇਆ ਤੈਂ ਖੁਦਾ ਨੂੰ ਦੇਖਿਆ ਹੋ ਤੁਧ ਨੂੰ ਦੇਖਿਆ ਤੇਰਾ ਕਹਾ ਖੁਦਾ ਕਰਤਾ ਮੇਰਾ ਕਹਾ ਤੂੰ ਕਰਤਾ ਤੇ ਐਡਰੈਸ ਸੁਣ ਲਓ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਾ ਜੀ ਬੜੇ ਪਿਆਰ ਭਰੇ ਲਫ਼ਜ਼ ਬੋਲ ਰਹੇ ਹੋ ਕਹਿਣਾ ਕੀ ਚਾਹੁੰਦੇ ਹੋ ਸੁਣਿਓ ਜਰਾ ਗੁਰੂ ਨਾਨਕ ਸਾਹਿਬ ਕਹਿੰਦੇ ਕਹਿਣਾ ਕੀ ਚਾਹੁੰਦੇ ਹੋ ਤੇ ਜਦੋਂ ਪੁੱਛਿਆ ਨਾ ਕਹਿਣਾ ਕੀ ਚਾਹੁੰਦੇ ਹੋ ਮਰਦਾਨਾ ਜੀ ਨੇ ਝੋਲੀ ਅੱਡ ਲਈ ਤੇ ਕਿਹਾ ਕਿ ਬਾਬਾ ਆਹ ਮੰਗਦਾ ਅੱਜ ਮੇਰੀ ਤੇ ਮੇਰੀ ਕੁੱਲ ਦੀ ਤੇਰੇ ਚਰਨਾਂ ਨਾਲ ਨਿਭ ਜੇ ਕਹਿ ਦਿਓ ਗੱਜ ਕੇ ਸਤਨਾਮ ਮੇਰੀ ਤੇ ਮੇਰੀ ਕੁੱਲ ਦੀ ਤੇਰੇ ਚਰਨਾਂ ਨਾਲ ਨਿਭ ਜੇ ਜਦੋਂ ਇੰਨੀ ਗੱਲ ਕਹੀ ਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਉਹ ਸਿੱਧਾ ਐਡਰੈਸ ਹੈ ਮਹਾਰਾਜ ਦਾ ਐਡਰੈਸ ਜਦੋਂ ਇੰਨੀ ਗੱਲ ਕਹੀ ਮੇਰੀ ਤੇ ਮੇਰੀ ਕੁੱਲ ਦੀ ਤੁਹਾਡੇ ਚਰਨਾਂ ਨਾਲ ਨਿਭ ਜੇ ਤੇ ਗੁਰੂ ਨਾਨਕ ਸਾਹਿਬ ਦਾ ਜਵਾਬ ਕੀ ਸੀ ਕਹਿੰਦੇ ਮਰਦਾਨਾ ਜੀ ਜਾਓ ਫਿਰ ਜਿਹੜਾ ਤੁਹਾਡੀ ਕੁੱਲ ਵਿੱਚੋਂ ਜਪਜੀ ਸਾਹਿਬ ਨਾਲ ਜੁੜਿਆ ਰਹੇਗਾ ਉਹ ਮੈਨੂੰ ਪਾਏਗਾ ਕਹਿ ਦਿਓ ਗੱਜ ਕੇ ਸਤਨਾਮ ਜਿਹੜਾ ਤੁਹਾਡੀ ਕੁੱਲ ਚੋਂ ਜਪਜੀ ਸਾਹਿਬ ਨਾਲ ਜੁੜਿਆ ਰਹੇਗਾ ਮੈਨੂੰ ਪਾਏਗਾ ਕੀ ਭਾਵ
ਗੁਰੂ ਨਾਨਕ ਨੇ ਐਡਰੈਸ ਦੇਤਾ, ਮੈਂ ਗੁਰਬਾਣੀ ਵਿੱਚ ਹੀ ਆ, ਕਹਿ ਦਿਓ ਗੱਜ ਕੇ ਸਤਨਾਮ, ਮੈਂ ਨਾਮ ਵਿੱਚ ਹੀ ਆ, ਮੈਂ ਗੁਰਬਾਣੀ ਵਿੱਚ ਹੀ ਆ। ਇਹ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਨਾਮ ਨਾਲ ਜੋੜਿਆ, ਕਹਿ ਦਿਓ ਗੱਜ ਕੇ ਸਤਨਾਮ। ਆਓ ਕੋਈ ਵਾਂਝਾ ਨਾ ਰਹੇ, ਸਮਾਂ ਹੋ ਰਿਹਾ, ਚੰਦ ਮਿੰਟ ਨੇ, ਆਓ ਇੱਕ ਵਾਰੀ ਪਿਆਰ ਨਾਲ ਪੜਿਓ, ਪਿਆਰ ਨਾਲ ਜੀ। ਸਤਨਾਮ 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 ਦਾ ਚੱਕਰ ਗੁਰਗੱਦੀ ਤੋਂ ਬਾਅਦ ਦਾ ਬਚਨ ਹੈ ਜੀ, ਸੁਣਿਓ ਪਿਆਰ। ਸੱਜੇ ਹੱਥ ਬੈਠੇ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਨੇ ਨਾ ਸੱਜਾ ਹੱਥ ਚੱਕਿਆ, ਇੱਕ ਲਫ਼ਜ਼ ਕਹੇ ਸੁਣਿਓ, ਕਹਿਣ ਲੱਗੇ ਲੈਣਾ ਜੀ, ਲੈਣਾ ਜੀ, ਆਉਣ ਵਾਲੇ ਸਮੇਂ 'ਚ ਸੰਗਤ ਦੇ ਦੀਵਾਨ ਸਜਣਗੇ, ਸਾਡੇ ਵੱਲੋਂ ਇੱਕ ਗੱਲ ਕਹਿ ਦੇਣਾ, ਕਹਿ ਦਿਓ ਗਾ ਜੀ ਕਿ ਸਤਨਾਮ। ਭਾਈ ਲੈਣਾ ਜੀ ਦੇ ਹੱਥ ਜੁੜ ਕੇ ਉਹ ਵਿਗੇ ਪਏ ਸੀ, ਮਹਾਰਾਜ ਕੀ ਹੁਕਮ ਕੀ ਕਵਾਂ। ਕਹਿਣ ਲੱਗੇ ਗੁਰੂ ਨਾਨਕ ਸਾਹਿਬ, ਲੈਣਾ ਜੀ, ਆਉਣ ਵਾਲੇ ਸਮੇਂ 'ਚ ਸੰਗਤ ਦੇ ਦੀਵਾਨ ਸਜਣਗੇ, ਸਾਡੇ ਵੱਲੋਂ ਇੱਕ ਗੱਲ ਕਹਿ ਦੇਣਾ। ਮਹਾਰਾਜ ਹੁਕਮ, ਸੁਣਿਓ ਪਿਆਰ ਨਾਲ। ਗੁਰੂ ਨਾਨਕ ਸਾਹਿਬ ਕਹਿੰਦੇ, ਲੈਣਾ ਜੀ, ਆਉਣ ਵਾਲੇ ਸਮੇਂ 'ਚ ਸੰਗਤ ਦੇ ਦੀਵਾਨ ਸਜਣਗੇ, ਸਾਡੇ ਵੱਲੋਂ ਇੱਕ ਗੱਲ ਕਹਿ ਦੇਣਾ। ਮਹਾਰਾਜ ਕੀ ਉਹ ਗੱਲ? ਸੁਣਿਓ, ਤੁਹਾਡੇ ਕੰਮ ਆਉਣ ਵਾਲੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਲੈਣਾ ਜੀ, ਆ ਸੰਗਤ ਨੂੰ ਕਹਿ ਦੇਣਾ, ਜਦੋਂ ਦੀਵਾਨ ਸਜਣਗੇ ਨਾ ਆਉਣ ਵਾਲੇ ਸਮੇਂ 'ਚ, ਕੀ ਕਹਿ ਦੇਣਾ, ਜਿਹੜਾ ਜਪਜੀ ਸਾਹਿਬ ਦਾ ਪਾਠ ਪ੍ਰੀਤ ਨਾਲ ਕਰੇਗਾ। ਇਹ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜੀ ਨੂੰ ਕਿਹਾ ਵੀ ਸੰਗਤ 'ਚ ਕਹਿ ਦੇਣਾ ਖੁੱਲ੍ਹ ਕੇ, ਜਿਹੜਾ ਜਪਜੀ ਸਾਹਿਬ ਦਾ ਪਾਠ ਪ੍ਰੀਤ ਨਾਲ ਕਰੇਗਾ ਉਹਨੂੰ ਸਾਡੀ ਨੇੜਤਾ ਪ੍ਰਾਪਤ ਹੋਏਗੀ। ਆਖੋ ਸਤਨਾਮ। ਮੈਂ ਗਾ ਕੇ ਪੜ੍ਹਨਾ ਸੀ, ਕਿਸੇ ਦੇ ਮਨ 'ਚ ਆ ਜਾਵੇ ਵੀ ਕਿੱਥੇ ਲਿਖਿਆ। ਅਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਜਿਹਦੀ ਇਤਿਹਾਸਕ ਗੁਰਦੁਆਰਿਆਂ 'ਚ ਕਥਾ ਹੁੰਦੀ ਹੈ, ਉਹਦੇ 'ਚ ਜ਼ਿਕਰ ਹੈ, ਜਪਜੀ ਸੇਵਨ ਪ੍ਰੀਤ ਸੋ ਜਾਹੀ, ਜਪਜੀ ਸੇਵਨ ਪ੍ਰੀਤ ਸੋ ਜਾਹੀ, ਜਿਹੜਾ ਜਪਜੀ ਸਾਹਿਬ ਪ੍ਰੀਤ ਨਾਲ ਪੜ੍ਹੇਗਾ, ਮਮ ਸਮੀਪ ਪ੍ਰਾਪਤ ਹੋਏ ਤਾਂ ਹੀ। ਮਮ ਦਾ ਅਰਥ ਹੈ ਮੇਰੀ, ਸਮੀਪ ਦਾ ਅਰਥ ਹੈ ਨੇੜਤਾ। ਹਿੰਦੀ ਦਾ ਲਫ਼ਜ਼ ਹੈ ਸਮੀਪ, ਹਿੰਦੀ 'ਚ ਕਿਹਨੂੰ ਕਹੀਏ ਨਾ ਨੇੜੇ ਆਓ, ਤੇ ਆਮ ਕਹਿੰਦੇ ਸਮੀਪ ਆ ਨਾ। ਮਮ ਸਮੀਪ ਪ੍ਰਾਪਤ ਹੋਏ ਤਾਂ ਹੀ, ਜਪਜੀ ਸੇਵਨ ਪ੍ਰੀਤ ਸੋ ਜਾਹੀ, ਜਿਹੜਾ ਜਪਜੀ ਸਾਹਿਬ ਦਾ ਪਾਠ ਪ੍ਰੀਤ ਨਾਲ ਕਰੇਗਾ। ਗੁਰੂ ਨਾਨਕ ਸਾਹਿਬ ਕਹਿੰਦੇ, ਸੰਗਤ 'ਚ ਕਹਿ ਦੇਣਾ ਉਹਨੂੰ ਸਾਡੀ ਨੇੜਤਾ ਪ੍ਰਾਪਤ ਹੋਏਗੀ। USA ਵਾਲਿਓ, ਇਹਦਾ ਦੂਜਾ ਅਰਥ ਕੀ ਹੈ ਸੁਣ ਲਿਓ ਤੇ ਸਮਾਪਤੀ ਹੈ। ਇਹਦਾ ਦੂਜਾ ਅਰਥ ਹੈ, ਜਿਹੜਾ ਜਪਜੀ ਸਾਹਿਬ ਦਾ ਪਾਠ ਪ੍ਰੀਤ ਨਾਲ ਕਰੇਗਾ ਉਹਦੇ ਕੰਮ ਗੁਰੂ ਨਾਨਕ ਸਾਹਿਬ ਨੇੜੇ ਹੋ ਕੇ ਕਰਨਗੇ। ਆਖੋ ਸਤਨਾਮ। ਉਹਦੇ ਕੰਮ ਨੇੜੇ ਹੋ ਕੇ ਵਰਤਣਗੇ ਉਹਦੇ ਵਿੱਚ। ਇਹ ਐਡਰੈਸ ਹੈ ਮਹਾਰਾਜ ਦਾ ਵੀ ਮੈਂ ਬਾਣੀ 'ਚ ਹਾਂ, ਮੈਂ ਜਪਜੀ ਸਾਹਿਬ 'ਚ ਹਾਂ, ਮੈਂ ਨਾਮ 'ਚ ਹਾਂ। ਮਹਾਰਾਜ ਨੇ ਜੋੜਿਆ ਕਿੱਥੇ ਨਾਮ? ਇਹ ਗੱਲ ਨੂੰ ਛੋਟਾ ਨਾ ਸਮਝਿਓ। ਵਾਹਿਗੁਰੂ ਤੁਹਾਡੇ 'ਤੇ ਕੋਈ ਭੋਜਨ ਨਾ ਲਿਆਵੇ, ਪਰ ਬਾਈ ਚਾਂਸ ਕੋਈ ਕੋਰਟ 'ਚ ਤਰੀਕ ਹੋਵੇ, ਕੋਈ ਸੇਲ ਟੈਕਸ ਦੀ ਤਰੀਕ ਹੋਵੇ, ਕੋਈ ਇਨਕਮ ਟੈਕਸ ਦੀ ਤਰੀਕ ਹੋਵੇ, ਤੁਹਾਨੂੰ ਅਫਸਰ ਨੇ ਸੱਦਿਆ 10 ਵਜੇ 11 ਵਜੇ, ਤੁਸੀਂ ਘਰੋਂ ਉੱਠੋ ਤੇ ਤੁਰ ਪੋ, ਆ ਮੇਰਾ ਮੱਥਾ ਵੇਖਿਓ, ਆ ਕਰਮ ਵਰਤਣਗੇ ਕਰਮ। ਤੇ ਅੱਜ ਜਿਹੜਾ ਬਚਨ ਸੁਣਿਆ ਜੇ ਇਹਨੂੰ ਕਿਤੇ ਨਿਭਾ ਲਓ, ਕੋਈ ਤਰੀਕ ਹੈ ਕਿਸੇ ਤਰ੍ਹਾਂ ਦੀ ਵੀ, 11 ਵਜੇ ਅਫਸਰ ਨੇ ਸੱਦਿਆ, 10 ਵਜੇ ਘਰੋਂ ਨਿਕਲਣ ਲੱਗੇ ਹੋ, ਆਪਣੀ ਵੋਟੀ ਨੂੰ ਜਾਂ ਮਾਤਾ ਨੂੰ ਜਾਂ ਭਰਾ ਨੂੰ ਕਹਿ ਦਿਓ
ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇ, ਇੱਕ ਮੁੱਕ ਜੇ ਦੂਜਾ ਸ਼ੁਰੂ ਕਰ ਦੇ, ਦੂਜਾ ਮੁੱਕ ਜੇ ਤੀਜਾ, ਜਦ ਤੱਕ ਮੈਂ ਫੋਨ ਨਾ ਕਰਾਂ ਲੜੀਵਾਰ ਚੱਲਦਾ ਰਹਿਣ ਨਹੀਂ। ਘਰ ਤੁਹਾਡੇ ਜਪਜੀ ਸਾਹਿਬ ਆਰੰਭ ਹੋ ਜੇ ਤੇ ਤੁਸੀਂ ਅਫਸਰ ਨੂੰ ਮਿਲਣ ਗਏ ਹੋ, ਤੁਹਾਡੇ ਮੁੱਖ ਤੇ ਚੁਪਈ ਸਾਹਿਬ ਚੱਲਦੀ ਰਵੇ। ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ ਤੁਸੀਂ ਅਫਸਰ ਕੋਲ ਬਾਅਦ 'ਚ ਪਹੁੰਚੋਗੇ, ਜਪਜੀ ਸਾਹਿਬ ਦਾ ਸਦਕਾ ਗੁਰੂ ਨਾਨਕ ਉਹਦੇ ਹਿਰਦੇ 'ਚ ਪਹਿਲੇ ਬਹਿ ਜਾਏਗਾ। ਕਹਿ ਦਿਓ ਗੱਜ ਕੇ ਸਤਨਾਮ ਸਾਡੇ ਕੰਮ ਕਰਾਉਣ ਲਈ। ਉਹ ਨੇੜੇ ਹੋ ਕੇ ਵਰਤਦਾ, ਕੰਮ ਜਾਇਜ਼ ਹੋਵੇ, ਅਸੀਂ ਹੋਈਏ ਜਾਇਜ਼। ਤੇ ਇਤਨਾ ਜਦੋਂ ਓਟ ਲੈ ਕੇ ਚੱਲੋਗੇ ਤੇ ਗੁਰੂ ਨਾਨਕ ਵਰਤੇਗਾ ਉਹ ਕੰਮ 'ਚ, ਨੇੜਤਾ ਦੇ ਤੌਰ 'ਤੇ ਗੁਰੂ ਨਾਨਕ ਵਰਤੇਗਾ। ਗੁਰੂ ਸਾਹਿਬ ਕਿਰਪਾ ਕਰਨ, ਆਹ 550 ਸਾਲਾਂ ਮਨਾਈਏ। ਗੁਰੂ ਨਾਨਕ ਹੈ ਕਿੱਥੇ ਹੈ, ਆਪਣਾ ਐਡਰੈਸ ਆਪ ਦਿੱਤਾ, ਮੈਂ ਜਪਜੀ ਸਾਹਿਬ 'ਚ ਹਾਂ, ਮੈਂ ਬਾਣੀ 'ਚ ਹਾਂ। ਪੜ੍ਹਿਓ ਪਿਆਰ ਦੇ ਨਾਲ, ਫਿਰ ਸਮਾਪਤੀ ਹੈ ਜੀ, ਸਾਰੇ ਕਿਰਪਾ ਕਰਿਓ। ਸਤਨਾਮ ਕਰਨੀ ਜੀ। ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਇੱਥੋਂ ਦੇ ਗੁਰੂ ਕੇ ਵਜ਼ੀਰਾਂ ਦਾ, ਸੇਵਾਦਾਰਾਂ ਦਾ, ਸਾਰਿਆਂ ਦਾ। ਆਪ ਜੀ ਦੇ ਦਰਸ਼ਨ ਕਰਾਏ ਨੇ, ਜਿੰਨੀ ਮਾਇਆ ਭੇਟ ਕਰ ਗਏ ਉਹ ਇਹ ਇੱਕ ਇੱਕ ਪੈਸਾ ਵਿਧਵਾ ਬੀਬੀਆਂ ਦੇ ਮੁੱਖ 'ਚ, ਅੰਨ ਦਾ ਦਾਣਾ, ਦੋ ਹਸਪਤਾਲ, ਦੋ ਸਰਾਵਾਂ, ਬਾਬਾ ਦੀਪ ਸਿੰਘ ਦਾ ਜਨਮ ਅਸਥਾਨ, ਭਾਈ ਤਾਰੂ ਸਿੰਘ ਜੀ ਦਾ ਜਨਮ ਅਸਥਾਨ, ਉਹਨਾਂ ਦਾ ਕੋਈ ਤਰਸ, ਸ਼ਹੀਦ ਸਿੰਘਾਂ ਦਾ ਕਾਰ ਸੇਵਾ ਝੋਲੀ 'ਚ ਪਾਈ ਹੈ। ਇਹ ਸਾਰੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਆਨੰਦ ਸਾਹਿਬ ਜੀ ਆਓ ਜੀ, ਸਾਰੇ ਆਨੰਦ ਸਾਹਿਬ ਦਾ ਪਾਠ ਬਹੁਤ ਪਿਆਰ ਦੇ ਨਾਲ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ ਜੀ, ਆਨੰਦ ਪਿਆ ਮੇਰੀ ਸੱਚੀ ਬਾਣੀ ਅੰਦਰ ਸਰਦੇ ਪੂਰੇ।
ਸਖਤ ਅਸੀਸ ਦੇਣਾ ਜੀ ਨਿਭ ਜੇ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ।